ਸ਼ਿਵਸੈਨਾ ਹਿੰਦੁਸਤਾਨ ਵੱਲੋਂ ਖਹਿਰਾ ਖਿਲਾਫ ਰੋਸ ਮਾਰਚ। ਰੈਫਰੈਂਡਮ 2020 ਨੂੰ ਲੈ ਕੇ ਸ਼ਿਵਸੈਨਾ ਹਿੰਦੁਸਤਾਨ ਵੱਲੋਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਖਿਲਾਫ DC ਦਫ਼ਤਰ ਲੁਧਿਆਣਾ ਤੱਕ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਸ਼ਿਵਸੈਨਾ ਹਿੰਦੁਸਤਾਨ ਦੇ ਆਗੂਆਂ ਨੇ ਕਿਹਾ ਕਿ ਰੈਫਰੈਂਡਮ 2020 ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀ ਗਈ ਬਿਆਨਬਾਜ਼ੀ ਖਿਲਾਫ ਉਹਨਾਂ ਵੱਲੋਂ ਇਹ ਮਾਰਚ ਕੀਤਾ ਗਿਆ ਹੈ। DC ਦਫ਼ਤਰ ਵਿਖੇ ਸਮੂਹ ਸ਼ਿਵ ਸੈਨਿਕਾਂ ਨੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦਿੰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪਾਸੋਂ ਸੁਖਪਾਲ ਸਿੰਘ ਖਹਿਰਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਲੁਧਿਆਣਾ ਤੋਂ ਅਜੀਤ ਵੈੱਬ TV ਲਈ ਰੁਪੇਸ਼ ਦੀ ਰਿਪੋਰਟ। ਸ਼ਿਵ ਸੈਨਾ ਹਿੰਦੁਸਤਾਨ ਜ਼ਿਲ੍ਹਾ ਲੁਧਿਆਣਾ ਇਕਾਈ ਕੀ ਤਰਫ ਸੇ ਅੱਜ DC ਕੇ ਮਾਧਿਅਮ ਸੇ ਮੁੱਖ ਮੰਤਰੀ ਪੰਜਾਬ ਔਰ DGP ਸਾਹਿਬ ਔਰ ਪੰਜਾਬ ਸਪੀਕਰ ਕੋ ਮੈਮੋਰੈਂਡਮ ਦੇ ਕੇ ਸੁਖਪਾਲ ਖਹਿਰਾ ਕੇ ਖਿਲਾਫ਼ ਕਾਰਵਾਈ ਕਰਨੇ ਕੇ ਲੀਏ ਅਪੀਲ ਕੀ ਹੈ, ਕਿਉਂਕਿ ਸੁਖਪਾਲ ਖਹਿਰਾ ਨੇ ਪਿਛਲੇ ਦਿਨ ਜੋ ਬਿਆਨ ਦਿਆ ਥਾ ਦੇਸ਼ ਕੋ ਤੋੜਨੇ ਕੇ ਲੀਏ ਔਰ ਹਿੰਦੂ ਸਿੱਖ ਏਕਤਾ ਮੇਂ ਦਰਾਰ ਡਾਲਨੇ ਕੇ ਲੀਏ ਉਸਕੀ ਹਮ ਕੜੀ ਨਿੰਦਾ ਕਰਤੇ ਹੈ ਔਰ ਪੂਰੇ ਜ਼ਿਲ੍ਹੇ ਮੇਂ ਆਜ ਪੂਰੇ ਪੰਜਾਬ ਕੇ ਜ਼ਿਲ੍ਹੋ ਮੇਂ ਆਜ ਸ਼ਿਵ ਸੈਨਾ ਹਿੰਦੁਸਤਾਨ ਕੀ ਤਰਫ ਸੇ ਗਿਆਪਨ ਦੀਏ ਜਾ ਰਹੇ ਹੈਂ। ਅਗਰ ਉਹਨਾਂ ਨੇ ਇਸ ਐਸੇ ਕਾਮੋ ਸੇ ਬਾਜ ਨਹੀਂ ਆਏ ਤੋ ਸ਼ਿਵ ਸੈਨਾ ਹਿੰਦੁਸਤਾਨ ਸੜਕੇ ਉਪਰ ਕੇ ਆਗੇ ਵੀ ਇਸਕਾ ਵਿਰੋਧ ਕਰੇਗੀ ਔਰ ਜ਼ਰੂਰਤ ਪੜੀ ਤੋ ਉਸਕਾ ਘਿਰਾਵ ਵੀ ਕੀਆ ਜਾਏਗਾ ਔਰ ਕਿਸੀ ਵੀ ਹੱਦ ਤੱਕ ਜਾਣੇ ਕੀ ਜ਼ਰੂਰਤ ਪੜੀ ਉਨਕੋ ਸਮਾਜ ਕੀ ਸ਼ਾਂਤੀ ਭੰਗ ਕਰਨੇ ਕਾ ਕਿਸੀ ਵੀ ਤਰੀਕੇ ਸੇ ਇਜਾਜ਼ਤ ਨਹੀਂ ਦੀ ਜਾਏਗੀ।